ਇਸ ਤਰੀਕੇ ਨਾਲ ਨਾ ਤੁਸੀਂ ਹੁਣ ਹੀ ਸੋ ਜਾਣਾ ਤੇ ਸਾਡਾ ਜਿਹੜਾ ਗਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਦੇਖਣਾ ਨਾ ਸੋਣਾ ਦਾ ਕੰਬਲ ਕੰਬਲ ਮੰਗਵਾ ਕੇ ਹੋ ਜਾਓ ਹੋ ਜਾਓ ਅਸੀਂ ਚੱਲੇ ਜਾਂਦੇ ਇੱਕ ਵਾਰੀ ਜ਼ੋਰ ਦੇ ਨਾਲ ਜਕਰਾ ਬੋਲਣਾ ਹੁਣੇ ਸੱਚੇ ਦਰਬਾਰ ਕੀ ਸ਼ਿਵ ਸ਼ੰਕਰ ਮਹਾਰਾਜ ਕੀ ਲਓ ਬੱਤੀ ਮੈਂ ਹੁਣ ਤੁਹਾਡੇ ਸਾਹਮਣੇ ਆਉਣਾ ਭੋਲੇ ਸ਼ੰਕਰ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਛੋਟੀ ਜਿਹੀ ਭੇਟ ਰੱਖਣ ਜਾ ਰਹੇ ਆ ਤਾਂ ਤੁਸੀਂ ਹਲਕੀ ਹਲਕੀ ਤਾੜੀ ਦੇ ਨਾਲ ਭੋਲੇ ਸ਼ੰਕਰ ਜੀ ਦਾ ਮਾਣ ਰੱਖਣਾ ਭੋਲੇ ਸੱਚੇ ਦਰਬਾਰ ਕੀ ਉਹ ਨੱਚੇ ਡੁੜੂਆ